ਨਵੀਂ ਜਨਰੇਸ਼ਨ ਬਸ ਵਟਸਐਪ ਉਹ ਚੀਜ਼ਾਂ ਚੱਲ ਪਈਆਂ, ਬਸ ਉਹਨਾਂ ਨੇ ਉਹਨਾਂ ਉਸਤੇ 'ਚ ਲੱਗੇ ਰਹਿੰਦੇ, ਪੁਰਾਣੀਆਂ ਚੀਜ਼ਾਂ ਦੇਖਦੀਆਂ ਨਹੀਂ ਕੀ ਵਿਰਾਸਤ ਵਾਲੀ ਚੀਜ਼ ਹੈ ਕਿ ਕੋਈ ਨਵੀਂ ਚੀਜ਼ ਹੋਵੇ। ਪਹਿਲੇ ਮਿੱਟੀ ਦੇ ਖਿਡੌਣੇ ਬਹੁਤ ਲੋਕ ਪਸੰਦ ਕਰਦੇ ਕਿ ਬੱਚੇ ਵੀ ਆਉਂਦੇ ਸੀ ਕਾਫੀ ਖਿਡੌਣੇ ਲੈਂਦੇ, ਹੁਣ ਉਹ ਵਿੱਚ ਦੂਸਰੇ ਖਿਡੌਣੇ ਆਉਣ ਕਰਕੇ ਚਾਈਨੀਜ਼ ਇਹਨਾਂ ਦੀ ਵੈਲਿਊ ਘੱਟ ਗਈ ਹੈ। ਮਿੱਟੀ ਦੇ ਭਾਂਡੇ ਤਿਆਰ ਕਰੀਦੇ ਨਾਲ ਖਿਡੌਣੇ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਬਾਜ਼ਾਰਾਂ ਵਿੱਚ ਤਿਉਹਾਰਾਂ ਨੂੰ ਲੈ ਕੇ ਰੌਣਕਾਂ ਲੱਗ ਚੁੱਕੀਆਂ ਨੇ। ਅੱਜ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਇੱਕ ਐਸੇ ਬਾਜ਼ਾਰ ਦਿਖਾਉਣ ਜਾ ਰਹੀ ਹਾਂ ਜੋ ਕਿ 200 ਸਾਲ ਪੁਰਾਣਾ ਬਾਜ਼ਾਰ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇਹ ਲਗਭਗ 200 ਤੋਂ 300 ਸਾਲ ਪੁਰਾਣਾ ਬਾਜ਼ਾਰ ਜਿੱਥੇ ਮਿੱਟੀ ਦੇ ਖਿਡੌਣੇ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਵਿੱਚ ਜਿਹੜੇ ਮਿੱਟੀ ਦੇ ਖਿਡੌਣੇ ਨੇ ਉਹ ਲੱਗੇ ਹੋਏ ਨੇ। ਜਨਮ ਅਸ਼ਟਮੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਜਿਹੜੀ ਰੌਣਕ ਤੁਸੀਂ ਦੇਖ ਸਕਦੇ ਹੋ। ਅੰਮ੍ਰਿਤਸਰ ਦੇ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਜਿਹੜੇ ਮਿੱਟੀ ਦੇ ਖਿਡੌਣੇ ਉਹ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਖਿਡੌਣੇ ਨੇ ਉਹ ਤਿਆਰ ਕੀਤੇ ਗਏ ਨੇ ਅਤੇ ਇਹ ਖਿਡੌਣਿਆਂ ਦੀ ਜਿਹੜਾ ਬਾਜ਼ਾਰ ਹੈ ਉਹ ਸੱਜ ਚੁੱਕਿਆ ਹੈ। ਮੇਰੇ ਨਾਲ ਜਿਹੜੇ ਗਾਹਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਮੈਂ ਸੋਨੀਆ। ਕਿੱਥੋਂ ਆਏ? ਇਸ ਇੱਥੇ ਹੀ ਰਹਿੰਦੇ ਕੋਲ ਹੀ। ਨਹੀਂ ਨਹੀਂ। ਅਤੇ ਕੀ ਖਰੀਦਣ ਆਏ ਹੋ ਤੁਸੀਂ? ਮੂਰਤੀ ਖਰੀਦਣ ਆਈ ਹਾਂ। ਮੂਰਤੀ ਕਿੰਨਾ ਦੀ ਖਰੀਦ ਲਓ? 100 ਦੀ। 100 ਦੀ 150 ਦੀ। ਜਿਸ ਤਰ੍ਹਾਂ ਦੇਖਿਆ ਜਾਏ ਕਿ ਮਿੱਟੀ ਦੇ ਖਿਡੌਣੇ ਸਿਰਫ ਤਿਉਹਾਰਾਂ 'ਤੇ ਹੀ ਯੂਜ਼ ਕੀਤੇ ਜਾਂਦੇ ਨੇ, ਉਸ ਤਰ੍ਹਾਂ ਇਹਨਾਂ ਨੂੰ ਜਿਹੜਾ ਹੈ ਯੂਜ਼ ਨਹੀਂ ਕੀਤਾ ਜਾਂਦਾ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਟੁੱਟੀ ਭੱਜ ਜਾਂਦੇ ਫਿਰ ਲੋਕ ਲੈਂਦੇ ਨਹੀਂ। ਅਸੀਂ ਤਿਉਹਾਰਾਂ ਵਾਲੇ ਹੰਡੋਲੇ ਪਾਉਣੇ ਆ, ਸਜਾਉਣੇ ਆ, ਤਾਂ ਕਿਸ ਤਰ੍ਹਾਂ ਦੇ ਦੇਖਦੇ ਖਿਡੌਣੇ? ਫਾਈਬਰ ਦੇ, ਜਿਸ ਤਰ੍ਹਾਂ ਦੇ ਅੱਜ ਕੱਲ੍ਹ ਨਵੇਂ ਚੱਲਦੇ ਆ। ਪਹਿਲੇ ਪੁਰਾਣੇ ਜ਼ਮਾਨੇ 'ਚ ਹੰਡੋਲੇ ਪੈਂਦੇ ਸੀ ਅਤੇ ਉਹ ਦੂਸਰੇ ਬਿਲਕੁਲ ਹੀ ਕੱਚੀ ਮਿੱਟੀ ਦੇ ਹੁੰਦੇ ਸੀ, ਜਲਦੀ ਜਲਦੀ ਟੁੱਟ ਜਾਂਦੇ ਸੀ। ਅਸੀਂ ਵੀ ਉਹਦੇ ਪੁਰਾਣੇ ਜ਼ਮਾਨੇ 'ਚ ਲਿੱਤੇ ਹੋਏ ਹੁਣ ਇਹਨੇ ਮੈਨੂੰ ਫਾਈਬਰ ਦੇ ਚਾਰ ਪੇ ਧੋ ਲਓ। ਖਿਡੌਣੇ ਸਾਡੇ ਵਿਰਾਸਤ ਜਿਹੜਾ ਹੈ ਪੰਜਾਬੀ ਕਲਾ ਦੀ ਵਿਰਾਸਤ ਨੂੰ ਦਰਸਾਉਂਦੇ ਨੇ। ਅੱਜ ਕੱਲ੍ਹ ਇਹਨਾਂ ਦਾ ਜਿਹੜਾ ਪ੍ਰਚਾਰ ਉਹ ਘੱਟ ਰਿਹਾ, ਇਹਦੇ ਬਾਰੇ ਕੀ ਕਹੋਗੇ? ਨਵੀਂ ਜਨਰੇਸ਼ਨ ਬਸ ਵਟਸਐਪ ਉਹ ਚੀਜ਼ਾਂ ਚੱਲ ਪਈਆਂ, ਬਸ ਉਹਨਾਂ ਨੇ ਉਹਨਾਂ ਉਸਤੇ 'ਚ ਲੱਗੇ ਰਹਿੰਦੇ, ਪੁਰਾਣੀਆਂ ਚੀਜ਼ਾਂ ਦੇਖਦੀਆਂ ਨਹੀਂ ਕੀ ਵਿਰਾਸਤ ਵਾਲੀ ਚੀਜ਼ ਹੈ ਕਿ ਕੋਈ ਨਵੀਂ ਚੀਜ਼ ਹੋਵੇ। ਜਨਮ ਅਸ਼ਟਮੀ ਲੈ ਕੇ ਕੀ ਖਰੀਦਦਾਰੀ ਕਰ ਰਹੇ ਹੋ, ਦੱਸੋਗੇ ਥੋੜ੍ਹਾ ਜਿਹਾ? ਜਨਮ ਅਸ਼ਟਮੀ ਵਾਲੇ ਤਾਂ ਉਹੀ ਕ੍ਰਿਸ਼ਨ ਦੀ ਮੂਰਤੀ, ਰਾਧਾ ਕ੍ਰਿਸ਼ਨ ਦੀ, ਸ਼ਿਵ ਪਰਿਵਾਰ ਦੀ, ਹੋਰ ਜਿਹੜੇ ਬਾਕੀ ਜਿਹੜੇ ਹੋਰ ਖਿਡੌਣੇ। ਸੋ ਗ੍ਰਾਹਕਾਂ ਵੱਲੋਂ ਜਿਹੜੀ ਹੈ ਉਹ ਪੂਰੀ ਖਰੀਦਦਾਰੀ ਕੀਤੀ ਜਾ ਰਹੀ ਹੈ ਜਨਮ ਅਸ਼ਟਮੀ ਨੂੰ ਲੈ ਕੇ। ਹੋਰ ਵੀ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸ਼ਨ ਜੀ ਦੀਆਂ ਜਿਹੜੀਆਂ ਪੋਸ਼ਾਕ ਨੇ ਉਹ ਬਹੁਤ ਹੀ ਸੋਹਣੀਆਂ ਸੋਹਣੀਆਂ ਵੀ ਤਿਆਰ ਕੀਤੀਆਂ ਗਈਆਂ ਨੇ ਮਿੱਟੀ ਦੇ। ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਤੁਸੀਂ ਖਿਡੌਣੇ ਛੋਟੇ ਛੋਟੇ ਦੇਖ ਸਕਦੇ ਹੋ ਜਨਮ ਅਸ਼ਟਮੀ ਨੂੰ ਲੈ ਕੇ, ਅਤੇ ਹੋਰ ਵੀ ਛੋਟੇ ਛੋਟੇ ਜਿਹੜੇ ਬੱਚਿਆਂ ਦੇ ਖੇਡਣ ਨੂੰ ਖਿਡੌਣੇ ਨੇ ਜਿਹੜੇ ਪੁਰਾਣੇ, ਦੇਖ ਸਕਦੇ ਕਿ ਪੁਰਾਣੇ ਜ਼ਮਾਨੇ ਦੀ ਇਹ ਇੱਕ ਯਾਦ ਦਿਖਾਉਂਦੇ ਨੇ। ਜੇ ਪਲਾਸਟਿਕ ਦੇ ਖਿਡੌਣਿਆਂ ਤੋਂ ਪਹਿਲਾਂ ਇਹੀ ਖਿਡੌਣੇ ਜਿਹੜੇ ਸੀ ਬੱਚੇ ਜਿਹੜੇ ਸੀ ਉਹਨਾਂ ਨਾਲ ਖੇਡਦੇ ਸੀ। ਹੋਰ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਬਹੁਤ ਹੀ ਸੋਹਣੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਨੇ। ਨੰਦੀ ਜੀ ਦੀਆਂ ਮੂਰਤੀਆਂ, ਹੋਰ ਵੀ ਬਹੁਤ ਸਾਰੇ ਸ਼ਿਵਲਿੰਗ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਦਿਖਾ ਰਹੇ ਹਾਂ ਇਹ ਬਾਜ਼ਾਰ ਦੀਆਂ ਤਸਵੀਰਾਂ, ਗੱਲਬਾਤ ਕਰਦੇ ਹਾਂ। ਹੋਰ ਵੀ ਗਾਹਕਾਂ ਨਾਲ ਮੇਰੇ ਨਾਲ ਮੌਜੂਦ ਨੇ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਇਹ ਕਪਾਸ ਸੀ, ਡਾਪ ਸੀ। ਜਨਮ ਅਸ਼ਟਮੀ ਕੋ ਲੇਕਰ ਬਾਜ਼ਾਰੋਂ ਮੇਂ ਕਾਫੀ ਰੌਣਕ ਲੱਗੀ ਹੈ, ਕਿਆ ਕਹਿਣਾ ਹੈ?
जी बहुत अच्छा त्यौहार है और यहाँ पे बहुत अच्छे से मनाया जाता है। ध्यान से बेटा, खास लोग जो हैं इस बाजार में खरीदारी करने आते हैं, क्या कहना चाहेंगे इस बाजार? मैं अभी जा रही हूँ। सो ये जेडे ने लोग ने खरीदारी कर रहे ने, देख सकते हो कि मिट्टी के छोटे छोटे बहुत ही वधिया जेडे मटकियां ने वो तैयार की गई ने। इन्हां नू बहुत सोहना कलर करके उपर ये लेस लगा के इन्हां नू तैयार किया गया है। इदा ही श्री कृष्ण जी दियां बौंसरियां देख सकते हो जो कि लक्कड़ दियां ने। इस तों इलावा मटके बहुत ही सोहने रंग बिरंगे जेडे कलर किए हुए ने, उपरों सजाए हुए ने। होर जन्माष्टमी का हिंडोला तुसीं देख सकते हो जिहड़ा सजाया गया है, बहुत सोहने श्री कृष्ण जी दियां भगवान श्री कृष्ण जी की पोशाक देख सकते हो रंग बिरंगियां, क्योंकि काफ़ी जड़े ग्राहक ने इन्हां दी खरीददारी कर रहे ने। होर अगे तुहानू दिखाने आ, गलबात करदे आ इन्हां नाल। सर नाल की कहना चाहोगे, किदां दा रिस्पोंस मिल रहा तुहानू ग्राहकां दा? वधिया गा, ठीक आ। तुसीं मिट्टी दे भांडे तैयार करदे हो? हां जी। ते कदों तों इह काम कर रहे हो? काफ़ी साल हो गए, 25-30 साल हो गए। ये अगे अगे पीढ़ी दर पीढ़ी चल रहा है, हम तो खत्म होंगे जाते हैं। कोई आर्थिक तंगी हुई ना? अजकल के बच्चे नहीं कर रहे। पहला जेड़ा देखा जाता कि पहला जेड़े भांडे की बहुत बिक्री होंगी थी, तुम फिर हम घट होंगी है? हम घट होंगे, बहुत घट। सिर्फ त्यौहार है तो फिर जो त्यौहार नहीं होंगे उस तो बाद कि गुजारा करते? काम चलता। सो अगे तुसी होर देख सकते हो कि मिट्टी दे उन्हां वालों कहा जा रहा है कि मिट्टी दे भांडे जड़े ने वो कल्ले जे उन्होंने वेचन तो उन्हां दा घर दा जिहड़ा गुजारा वो नहीं हुंदा, इसलिए उन्होंने नाल होर भी जिहड़े अजकल दे जिहड़े नवें प्लास्टिक दे जां होर चीज़ां दे खिडौने ने वो भी नाल रखे हुए ने, तां जो उन्हां दी जिहड़ी खरीददारी है वो ज़्यादा हो सके। बहुत सोहने सोहने तुसी देख सकते हो नाग भी इत्थे जिहड़े मिट्टी दे बनाए हुए ने, उपरों कलर किया होया इन्हां नू। इस तों इलावा मिट्टी दी गोलक है, मटकी है, हिंडोला तुसी तैयार किया होया है। वासुदेव जी श्री कृष्ण जी नू जमुना नदी तो पार कराते हुए मिट्टी दी तुसी तस्वीर दे सकते हो। वासुदेव जी श्री कृष्ण जी नू जमुना नदी पार करा रहे ने, तो होर भी बहुत सारे दृश्य जेड़े धार्मिक दृश्य कह सकते हैं तो जां फिर छोटे बच्चों नू जेड़े आकर्षित करन वाले खिडौने जेड़े ने मिट्टी दे बहुत ही सोहने सोहने, इन्हां नू बहुत ही मेहनत लगती है बनाउण दे विच, वो जेड़े ने इत्थे तैयार किए जाते हैं। इस तों इलावा दीवे भी जेड़े ने वो तैयार किए जाते हैं। हाँ जी मैम, जन्माष्टमी नू लैके खरीददारी कर रहे हो? बस खिलौने वगैरह, मतलब बच्चे लैंदे आ खुश हो के। ਮਿੱਟੀ ਦੇ ਖਿਡੌਣੇ ਸਿਰਫ ਤਿਉਹਾਰਾਂ ਤੇ ਖਰੀਦੇ ਜਾਂਦੇ ਨੇ? ਹਾਂਜੀ ਹਾਂਜੀ, ਦੀਵਾਲੀ ਤੇ ਨਹੀਂ ਨਹੀਂ ਅੱਗੋਂ ਪਿੱਛੋਂ ਨਹੀਂ, ਸਿਰਫ ਇੱਕ ਦੀਵਾਲੀ ਤੇ ਮਤਲਬ ਕਿ ਵੀ ਜੋ ਬੜੋ ਨੇ ਬਣਾਇਆ ਇੱਕ ਪੁਰਾਣੇ ਜ਼ਮਾਨੇ ਵਾਲਾ। ਹਾਂ ਪੁਰਾਣੇ ਜ਼ਮਾਨੇ ਚ ਚੱਲਦੇ ਤੇ ਉਦੋਂ ਮਿੱਟੀ ਦੇ ਹੀ ਖਿਡੌਣੇ ਜਾਂਦੇ ਸੀ, ਉਹ ਹੁੰਦੇ ਮਿੱਟੀ ਦੇ ਸੀ ਬੇਟੇ। ਹਾਂ ਠੀਕ, ਕੀ ਕਹਿਣਾ ਚਾਹੋਗੇ? ਅੱਜ ਕੱਲ ਇਹਨਾਂ ਦਾ ਰੁਝਾਨ ਬਹੁਤ ਘਟ ਗਿਆ ਹੈ। ਅੱਗੇ ਤੇ ਬਹੁਤ ਸਟਾਰ ਤੇ ਬਾਜ਼ਾਰ ਮਤਲਬ ਪੂਰਾ ਭੜਿਆ ਹੁੰਦਾ ਸੀ ਖਿਡੌਣੇ ਦੇ ਨਾਲ, 10-15 ਦੁਕਾਨ ਬੱਚੇ ਦੇ ਕੋਲ ਹੋਟਲਾਂ ਦੀ ਫਰਮਾਇਸ਼ਾਂ ਹੋ ਗਈ। ਬਿਲਕੁਲ ਜੀ, ਸੋ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਬਾਜ਼ਾਰਾਂ ਵਿੱਚ ਰੌਣਕਾਂ ਤਾਂ ਜ਼ਰੂਰ ਨੇ, ਖਰੀਦਦਾਰੀ ਵੀ ਕਰ ਰਹੇ ਨੇ, ਪਰ ਮਿੱਟੀ ਦੇ ਜ਼ਿਕਰ ਖਿਡੌਣਿਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਘੱਟ ਖਰੀਦਦਾਰੀ ਹੋ ਰਹੀ ਹੈ। ਮੇਰੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ
ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ 'ਤੇ। ਕੀ ਕਹਿਣਾ ਚਾਹੋਗੇ ਸਰ, ਕਿੰਨੀ ਕੁ ਵਿਕਰੀ ਹੋ ਰਹੀ ਹੈ ਤੁਹਾਡੇ ਇੱਥੇ? ਹੁਣ ਤਾਂ ਮੰਦਾ ਹੀ ਚੱਲ ਰਿਹਾ, ਕਿਉਂਕਿ ਪਹਿਲੇ ਮਿੱਟੀ ਦੇ ਖਿਡੌਣੇ ਬਹੁਤ ਲੋਕ ਪਸੰਦ ਕਰਦੇ ਕਿ ਬੱਚੇ ਵੀ ਆਉਂਦੇ ਸੀ ਕਾਫੀ ਖਿਡੌਣੇ ਲੈਂਦੇ, ਹੁਣ ਉਹ ਵਿੱਚ ਦੂਸਰੇ ਖਿਡੌਣੇ ਆਉਣ ਕਰਕੇ ਚਾਈਨੀਜ਼ ਇਹਨਾਂ ਦੀ ਵੈਲਿਊ ਘੱਟ ਗਈ ਹੈ। ਇਹ ਫਰਕ ਸਾਨੂੰ ਇੱਥੇ ਹੋ ਚੱਲਿਆ 100 ਸਾਲ, ਸੌ ਸਾਲ ਹੋ ਚੱਲਿਆ ਵੱਡਿਆਂ ਨੇ। ਹਾਂ ਨਹੀਂ, ਅੱਗੋਂ ਹੁਣ ਬੱਚਿਆਂ ਨੇ ਛੱਡਤਾ, ਬੱਚੇ ਨਹੀਂ ਕਰਦੇ। ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਪੰਜਾਬੀ ਕਲਾ ਹੈ, ਵਿਰਾਸਤ ਹੈ, ਇਹਨੂੰ ਸਾਂਭਣ ਦੀ ਜ਼ਰੂਰਤ ਹੈ? ਪਰ ਜੇ ਕਮਾਈ ਨਹੀਂ ਹੋਏਗੀ ਤਾਂ ਫਿਰ ਸਾਂਭੇਗਾ ਕੀ? ਰੋਟੀ ਤਾਂ ਚੱਲਣੀ ਚਾਹੀਦੀ ਨਾ, ਰੋਟੀ ਨਹੀਂ ਚੱਲਦੀ ਇੱਥੇ, ਕਰਕੇ ਲਾਈਨ ਚੇਂਜ ਕਰ ਦਿੰਦੇ ਬੱਚੇ। ਤਿਉਹਾਰਾਂ ਨੂੰ ਲੈ ਕੇ ਤੁਹਾਨੂੰ ਗ੍ਰਾਹਕਾਂ ਦਾ ਕਿੱਦਾਂ ਦਾ ਰਿਸਪੋਂਸ ਮਿਲ ਰਿਹਾ? ਗਾਹਕ ਵੀ ਨਾ ਪੈਸਾ ਘੱਟ ਹੀ ਖਰਚ ਕਰ ਰਿਹਾ, ਇੰਨਾ ਨਹੀਂ ਕਰ ਰਿਹਾ ਜਿਵੇਂ ਅੱਗੇ। ਪਹਿਲੇ ਲੋਕ ਖੁੱਲ੍ਹ ਕੇ ਪੈਸੇ ਖਰਚ ਕਰਦੇ, ਤਿਉਹਾਰ ਆਉਂਦਾ ਸੀ ਬੜੇ ਬੜੇ ਪੈਸੇ ਖਰਚ ਕਰਦੇ, ਹੁਣ ਜਿਹੜਾ ਆਉਂਦਾ ਜਿੰਨੇ 500 ਵਟਾਉਣਾ ਹੁੰਦਾ 100 ਵਟਾਉਂਦਾ, ਇਹ ਹਿਸਾਬ ਹੋ ਗਿਆ। ਸਟਾਰਟਿੰਗ ਪ੍ਰਾਈਸ ਕੀ ਹੈ ਇਹਨਾਂ ਖਿਡੌਣਿਆਂ ਦਾ ਦੇਖਿਆ ਜਾਵੇ? ਸਟਾਰਟਿੰਗ ਪ੍ਰਾਈਸ 10 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ, 10 ਰੁਪਏ ਸ਼ੁਰੂ ਹੋ ਗਏ, ਕੋਈ 50 ਦਾ, ਕੋਈ 40 ਦਾ, ਕੋਈ 30 ਦਾ, ਕੋਈ 20 ਦਾ, ਐਸਾ ਜ਼ਿਆਦਾ ਮਹਿੰਗੇ ਵੀ ਨਹੀਂ ਹੈ, ਫਿਰ ਵੀ ਇਹਨਾਂ ਦੀ ਵਿਕਰੀ ਘੱਟ, ਫਿਰ ਵਿਕਰੀ ਘੱਟ ਗਈ। ਤੇ ਕੀ ਕਹਿਣਾ ਚਾਹੋਗੇ? ਕਿਆ ਠੀਕ ਹੈ ਜੀ, ਹੁਣ ਵਿਕਰੀ ਘੱਟ ਹੈਗੀ ਹੈ, ਹੋਰ ਆਈਟਮਾਂ ਬੜੀਆਂ ਆ ਗਈਆਂ ਨਾ, ਲੋਕ ਅੱਗੇ ਮਿੱਟੀ ਦਾ ਝੂਲਾ ਵਿਕਦਾ ਸੀ, ਹੁਣ ਮਿੱਟੀ ਦਾ ਝੂਲਾ ਕੋਈ ਪਸੰਦ ਨਹੀਂ ਕਰਦਾ, ਨਾ ਬਣਦੇ ਨੇ, ਅੱਗੇ ਬਹੁਤ ਜ਼ਿਆਦਾ ਬਣਦੇ ਸੀ, ਅੱਗੇ ਆਪ ਕਿੰਨੇ ਕਿੰਨੇ ਪੀਸ 100 ਪੀਸ ਬਣਾਈ ਦਾ, 200-200, ਹੁਣ 1 ਪੀਸ ਨਹੀਂ ਮਿੱਟੀ ਦਾ ਬਣਾਈ ਦਾ, ਹੁਣ ਲੱਕੜ ਦੇ ਆ ਗਏ, ਹੋਰ ਫੈਂਸੀ ਆ ਗਏ ਨੇ ਝੂਲੇ, ਲੋਕ ਉਹ ਮੰਗਦੇ ਨੇ, ਕੋਈ ਲਾਈਟ ਵਾਲਾ ਆ ਕੇ ਮੰਗਦਾ। ਜਾ ਸਕਦਾ ਕਿ ਜਿਹੜਾ ਪੁਰਾਣਾ ਯੁੱਗ ਤੋਂ ਜਿਹੜੇ ਨਵੇਂ ਯੁੱਗ 'ਚ ਚੇਂਜਿਸ ਆਈਆਂ ਨੇ, ਤੁਸੀਂ ਵੀ ਉਹਨਾਂ ਨੂੰ ਅਪਣਾ ਲਿਆ? ਹਾਂ, ਅਪਣਾਉਣਾ ਹੀ ਪੈਣਾ ਸੀ, ਫਿਰ ਵਕਤ ਦੇ ਨਾਲ ਹਰ ਚੀਜ਼ ਬਦਲਦੀ ਹੈ, ਵਕਤ ਦੇ ਨਾਲ ਬਦਲਣ ਕਰਕੇ ਸਾਨੂੰ ਹਰ ਚੀਜ਼ ਦੇਖਣੀ ਪੈਂਦੀ ਹੈ, ਸੱਭਿਆਚਾਰ ਉਹ ਵੀ ਨਾਲ ਨਾਲ ਹਾਂ ਬਦਲਦਾ, ਪੁਰਾਣੀ ਸਭਿਅਤਾ ਬਦਲਦੀ ਜਾ ਰਹੀ ਹੈ, ਜਿਵੇਂ ਪਹਿਲੇ ਲੋਕ ਗਏ ਸੀ ਉਹ ਹੋਰ ਤਰ੍ਹਾਂ ਦਾ ਕੰਮ ਕਰਦੇ ਸੀ, ਬੱਚੇ ਆਉਂਦੇ ਸੀ ਕਿੰਨੇ ਕਿੰਨੇ ਖਿਡੌਣੇ ਲੈਂਦੇ, ਕੋਈ 100 ਲੈ ਗਿਆ, ਕੋਈ 200 ਲੈ ਗਿਆ, ਇਹ ਹਿਸਾਬ ਹੁੰਦਾ ਸੀ, 200-200 ਪੀਸ ਲੈ ਜਾਂਦੇ ਹੁੰਦੇ, ਉਹਨਾਂ ਨੇ ਆਪਣੇ ਲੜਾਈਆਂ ਬਣਾਉਣੀਆਂ ਫੌਜੀਆਂ ਦੀਆਂ, 100 ਫੌਜੀ ਪਾ ਦੇ, 200 ਪਾ ਦੇ, ਹੁਣ 2-2 ਲੈਂਦੇ ਜੇ, ਕਿੱਥੇ 100 ਪੀਸ ਕਿੱਥੇ 2 ਪੀਸ, ਉਹਨਾਂ ਉਨੀ ਪ੍ਰਾਈਜ਼ ਦਾ ਫਰਕ ਪੈ ਗਿਆ। ਸੋ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਮਿੱਟੀ ਦੇ ਭਾਂਡਿਆਂ ਦੇ ਜਿਹੜੇ ਬਣੇ, ਸਭ ਤੋਂ ਪੁਰਾਣਾ ਬਾਜ਼ਾਰ ਤੁਹਾਨੂੰ ਲਗਭਗ 200-300 ਸਾਲ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਪੁਰਾਣਾ ਬਾਜ਼ਾਰ ਇਹ ਦਿਖਾ ਰਹੀ ਹਾਂ, ਜਿੱਥੇ ਕੋਈ ਸਿਰਫ 10 ਕੁ ਘਰ ਨੇ ਜਿਹੜਾ ਇਹ ਮਿੱਟੀ ਦਾ ਸਮਾਨ ਤਿਆਰ ਕਰਦੇ ਨੇ, ਜਿਨ੍ਹਾਂ ਨੇ ਆਪਣੀ ਸਾਡੀ ਪੰਜਾਬੀ ਵਿਰਾਸਤ ਨੂੰ ਹਾਲੇ ਵੀ ਸਾਂਭ ਕੇ ਰੱਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਖਰੀਦਦਾਰੀ ਭਾਵੇਂ ਅੱਜ ਦੇ ਜਿਹੜਾ ਜ਼ਮਾਨਾ ਦੇਖਿਆ ਜਾਏ ਤਾਂ ਉਹ ਘੱਟ ਗਈ ਹੈ, ਪਰ ਫਿਰ ਵੀ ਉਹ ਆਪਣੀ ਜਿਹੜੀ ਇਹਨੇ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ, ਤਾਂ ਜੋ ਕਿ ਇਹ ਵਿਰਾਸਤ ਜਿਹੜੀ ਹੈ ਉਹ ਅਲੋਪ ਨਾ ਹੋ ਜਾਏ। ਹੋਰ ਵੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ। ਕਿੰਨੇ ਸਾਲ ਪੁਰਾਣੀ ਦੁਕਾਨ ਹੈ ਤੁਹਾਡੀ? ਸਾਡੀ ਵੀ ਦੁਕਾਨ ਕੋਈ 70-80 ਸਾਲ ਪੁਰਾਣੀ ਹੈ। ਜਿਹੋ ਜਿਹੇ ਮਿੱਟੀ ਦੇ ਭਾਂਡੇ ਤਿਆਰ ਕਰੀਦੇ, ਨਾਲ ਖਿਡੌਣੇ ਖਿਡੌਣੇ, ਭਗਵਾਨ ਧਾਰਮਿਕ ਵਿਦਾਊਟ ਧਾਰਮਿਕ ਸਾਰੇ ਤਿਆਰ ਕਰੀਦੇ ਨੇ, ਸਾਰੇ ਤਿਆਰ ਕਰੀਦੇ ਨੇ। ਅੱਜ ਕੱਲ੍ਹ ਜੇਕਰ ਦੇਖਿਆ ਜਾਏ ਤਾਂ ਗ੍ਰਾਹਕ ਦਾ ਕਿੱਦਾਂ ਦਾ ਰਿਸਪੋਂਸ ਮਿਲਦਾ? ਗ੍ਰਾਹਕ ਦਾ ਘੱਟ ਹੈਗਾ। ਕੀ ਕਾਰਨ? ਮਹਿੰਗਾਈ ਆ, ਮੇਨ ਮਹਿੰਗਾਈ ਆ, ਲੋਕਾਂ ਕੋਲ ਪੈਸੇ ਨਹੀਂ, ਆਰਥਿਕ ਵਿਵਸਥਾ ਖਰਾਬ ਹੈ, ਫਿਰ ਵੀ ਲੋਕ ਜਾਣੀ ਕਿ ਨਹੀਂ ਖਰੀਦਦੇ, ਇਹ ਵੀ ਕਹਿੰਦੇ ਨੇ ਸਸਤਾ ਵੀ ਦਿਓ, ਫਿਰ ਵੀ ਕਹਿੰਦੇ ਮਹਿੰਗਾ, ਕਹਿੰਦੇ ਮਿੱਟੀ ਹੈ, ਮਿੱਟੀ ਦਾ ਕੀ ਆ? ਹਾਂਜੀ, ਇੱਥੇ ਹੀ ਤਿਆਰ ਕਰੀਦੀ। ਕਿੰਨਾ ਸਮਾਂ ਲੱਗਦਾ, ਕਿੰਨੀ ਕੁ ਮਿਹਨਤ ਹੈ ਇਸ ਚੀਜ਼? ਮਿਹਨਤ
ਇੱਕ ਪੀਸ ਨੂੰ ਕਮ ਸੇ ਕਮ 10 ਵਾਰੀ ਹੱਥ ਆਉਂਦਾ ਜੀ, 10 ਵਾਰੀ ਹੱਥ ਆਉਂਦਾ ਫਿਰ ਤਿਆਰ ਹੁੰਦਾ। ਭਰਪਾਈ ਬਹੁਤ ਘੱਟ ਮਿਲਦੀ। ਬਾਜ਼ਾਰ ਤੇ ਬਾਜ਼ਾਰ ਦੀ ਇਹੋ ਖਾਸੀਅਤ ਹੈਗੀ, ਖਿਲੌਣੇ ਵਾਲਾ ਬਾਜ਼ਾਰ ਹੈਗਾ ਅਤੇ ਨਵੇਂ ਨਵੇਂ ਡਿਜ਼ਾਇਨ ਦੇ ਖਿਲੌਣੇ ਬਣਦੇ ਨੇ, ਹੋਰ ਨਵੇਂ ਨਵੇਂ ਡਿਜ਼ਾਇਨ ਦੇ ਆਉਂਦੇ ਆ। ਹਰ ਕੋਈ ਦੀਵਾਲੀ ਨੂੰ ਜਨਮ ਅਸ਼ਟਮੀ ਕਈ ਲੋਕ ਬਾਜ਼ਾਰ ਸਜੇ ਵੇਖਣ ਆਉਂਦੇ ਨੇ, ਸ਼ੋਪਿੰਗ ਵੀ ਨਹੀਂ ਕਰਦੇ, ਵੈਸੇ ਵੇਖ ਕੇ ਜਾਂਦੇ ਨੇ ਕਈ। ਇਹ ਗੱਲ ਸੋ ਇਹਨਾਂ ਦਾ ਕਹਿਣਾ ਸੀ ਕਿ ਇਹਨਾਂ ਵੱਲੋਂ ਜਿਹੜੇ ਕਾਫੀ ਮਿਹਨਤ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਭ ਤਿਆਰ ਕੀਤੀਆਂ ਜਾਂਦੀਆਂ ਨੇ, ਪਰ ਫਿਰ ਵੀ ਜਿਹੜੀ ਹੈ ਇਹਨਾਂ ਨੂੰ ਆਪਣੀ ਮਿਹਨਤ ਦੀ ਜਿਹੜੀ ਭਰਪਾਈ ਹੈ ਉਹ ਨਹੀਂ ਮਿਲਦੀ, ਕਿਉਂਕਿ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਅੱਜ ਕੱਲ੍ਹ ਮਿੱਟੀ ਦੇ ਖਿਡੌਣਿਆਂ ਨਾਲੋਂ ਘੱਟ ਕੇ ਪਲਾਸਟਿਕ ਦੇ ਜਾਂ ਹੋਰ ਜਿਹੜੇ ਚਾਈਨੀਜ਼ ਖਿਡੌਣੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਵੱਧ ਗਿਆ ਹੈ। ਸੋ ਲੋੜ ਹੈ ਸਾਨੂੰ ਆਪਣੇ ਵਿਰਾਸਤ ਨੂੰ ਸਾਂਭ ਸੰਭਾਲ ਕੇ ਰੱਖਣ ਦੀ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੇ ਇੰਨੀ ਪੁਰਾਣੀ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ ਅਤੇ ਅੱਗੇ ਵੀ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਣ, ਤਾਂ ਜੋ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਸ ਵਿਰਾਸਤ ਬਾਰੇ ਦੱਸਿਆ ਜਾਵੇ। ਭਾਵੇਂ ਅੱਜ ਕੱਲ੍ਹ ਬਹੁਤ ਸਾਰੇ ਵਿਰਾਸਤੀ ਮੇਲੇ ਵੀ ਲੱਗਦੇ ਨੇ, ਪ੍ਰਦਰਸ਼ਨਕਾਰੀਆਂ ਜਿਹੜੀਆਂ ਉਹ ਵੀ ਲਗਾਈਆਂ ਜਾਂਦੀਆਂ ਨੇ, ਪਰ ਫਿਰ ਵੀ ਲੋੜ ਹੈ ਇਹ ਜਿਹੜੀ ਅਸਲੀ ਵਿਰਾਸਤ ਹੈ ਜਿੱਥੇ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ, ਜਿਹੜੇ ਲੋਕਾਂ ਨੇ ਪੁਰਾਣੇ ਪੀੜ੍ਹੀ ਦਰ ਪੀੜ੍ਹੀ ਇਸ ਚੀਜ਼ ਨੂੰ ਲੈ ਕੇ ਆ ਰਹੇ ਨੇ, ਉਹਨਾਂ ਦਾ ਸਾਥ ਦਿੱਤਾ ਜਾਵੇ। ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।